ਪਿਆਰੇ ਬੱਬਰ ਸ਼ੇਰ ਚਿੱਟੇ ਸ਼ਲਾਦੇ ਦੇ ਲੋ ਮੈਂ ਤੁਹਾਨੂੰ ਪਿਆਰਿਆ ਕਿਹਾ ਤੇ ਤੁਸੀਂ ਵੀ ਪਿਆਰੇ ਬਣ ਕੇ ਤੂੰ ਅੱਛਾ ਕਿਸੇ ਬੇਬੋਝ ਵੀ ਔਰਤ ਦਾ ਬੱਚਾ ਤੂੰ ਮੈਂ ਤੁਹਾਨੂੰ ਕਿਹਾ ਓਹੋ ਅਸੀਂ ਬਾਬੀ ਚਾਹੁੰਦੇ ਹਾਂ ਜਨਾਬ ਤੁਹਾਡੇ ਕੋਲ ਡਰਨਾ ਹੀ ਪੈਣਾ ਤੁਸੀਂ ਬੱਬਰ ਸ਼ੇਰ ਲੋਗੋ ਦੇਖੋ ਲੇਕਿਨ ਜੋ ਵੀ ਹੈ ਅੱਲਾ ਤੁਹਾਡੇ ਮਾਂ ਪਿਓ ਦੀ ਖੈਰ ਕਰੇ ਅੱਲਾ ਤੁਹਾਨੂੰ ਜ਼ਿੰਦਗੀ ਦੇ ਅਤੇ ਮਾਂ ਦੀਆਂ ਦੁਆਵਾਂ ਹੁੰਦੀਆਂ ਨੇ ਇਸ ਵਾਸਤੇ ਕਿਸੇ ਨੇ ਕਿਹਾ ਕਿ ਜਿਹਨਾਂ ਨਾਲ ਕੀਤੇ ਸੱਚੇ ਕੌਲ ਕਰਾਰ ਉਹ ਯਾਦ ਛੱਡ ਕੇ ਭੁੱਲਦੇ ਨਹੀਂ ਜਿਹੜੇ ਮਟਕੇ ਪਰੇ ਹੋਣ ਨੀਤਾਂ ਨਾਲ ਉਹ ਮਟਕੇ ਕਦੀ ਕਿਤੇ ਡੋਲਦੇ ਨਹੀਂ ਅਤੇ ਇਹ ਰਿਸ਼ਤੇ ਗੁੰਜਲ ਬੜੇ ਔਖੜੇ ਨੇ ਇਹ ਖੋਲਿਆ ਕਦੀ ਕਿਤੇ ਖੁੱਲਦੇ ਨਹੀਂ ਜਿਹਨੇ ਧੋਤੋ ਪੀਤੇ ਪੈਰ ਮਾਵਾਂ ਦੇ ਉਹ ਲੋਕ ਛੱਡ ਕੇ ਰੋਂਦੇ ਨੇ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਕਿਸੇ ਖੁੱਲੀ ਟੁੱਲੀ ਔਰਤ ਦੇ ਬੱਚਿਆ ਤੁਸੀਂ ਉਹ ਪਿਆਰਾ ਤੂੰ ਪਿਆਰਾ ਖਲੋ ਜਾ ਮੇਰੀ ਜਾਨ ਛੱਡ ਦੇ ਮੈਨੂੰ ਵਟਸਐਪ ਕਰ ਲਿਆ ਕਰ ਸਾਰੀਆਂ ਗੱਲਾਂ ਵਟਸਐਪ ਕਰ ਲਿਆ ਕਰ ਕਿਸੇ ਤਿਲਕ ਨਹੀਂ ਔਰਤ ਦੇ ਬੱਚਿਆ ਜੀ ਜੀ ਬੈਠੋ ਜੀ ਬੈਠੋ 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 ਤੇਰੇ ਨੂੰ ਆ ਗਿਆ ਜਿਹੜੀ ਤੂੰ ਜਿਹੜੀ ਬੇਖਲਾਕੀ ਫੈਰੇ ਕਰਨ ਡੇ ਹੈ ਆ ਗਿਆ ਤੇਰੇ ਨੂੰ ਆ ਗਿਆ ਤੈਨੂੰ ਕਾਦੀ ਤਰੁੱਟ ਕੋਈ ਐ ਸਿਰਫ ਇਹ ਕਾਲਾ ਸ਼ਾ ਕਾਕੂ ਬੰਦੇ ਬਿਠਾ ਲਏ ਹੁਣ ਅਸੀਂ ਮਰਦਾ ਸੀ ਆ ਵੀ ਨਾ ਕਰੀਏ ਹੁਣ ਉਹ ਨਵਾਂ ਪ੍ਰਾਹੁਣਾ ਤੁਹਾਡੀ ਹਵੇਲੀ ਦੇ ਵਿੱਚ ਆਇਆ ਤੇ ਅਸੀਂ ਬੀਬੀ ਜੀ ਗਰੀਬ ਲੋਕ ਆ ਚੁਧਰਾਣੀ ਜੀ ਹੁਣ ਵੇਖਣ ਨਾ ਆਈਏ ਇੱਥੇ ਸਾਡੀ ਹਵੇਲੀ 'ਚ ਕਿਸੇ ਕਮੀ ਕਮੀਨ ਦਾ ਤੁੱਕ ਨਹੀਂ ਬਣਦਾ ਕਿਉਂਕਿ ਤੁਹਾਡੀ ਹਵੇਲੀ ਬੜੀ ਤੁਹਾਡੀ ਹਵੇਲੀ ਸਾਫ ਸੁਥਰੀ ਚਿੱਟੀ ਗੋਰੀ ਤੁਹਾਡੀ ਹਵੇਲੀ ਮੈਂ ਉਹਨੂੰ ਮਿਲਣਾ ਉਹ ਜਿਹੜਾ ਨਵਾਂ ਪ੍ਰਾਹੁਣਾ ਨਹੀਂ ਆਇਆ ਕਿਹੜਾ ਪਿੰਡੂ ਜਿਹੜਾ ਬੀਬੀ ਜੀ ਆਇਆ ਅੱਛਾ ਤੂੰ ਬਖਤੂ ਨੂੰ ਮਿਲਣ ਆਇਆ ਅੱਛਾ ਉਹਨੂੰ ਵੇਖਣ ਵਾਸਤੇ ਤੈਨੂੰ ਅੱਖਾਂ ਤੇ ਐਨਕਾਂ ਲਾਣੀਆਂ ਪੈਣੀਆਂ ਨੇ ਨਹੀਂ ਨਹੀਂ ਐਨਕਾਂ ਨਹੀਂ ਮੈਂ ਲਵਾ ਸਕਦਾ ਤੁਹਾਡੀ ਸਾਡੀ ਐਨਕ ਦੇ ਵਿੱਚ ਫਰਕ ਹੈ ਸਾਡੀ 14 15 ਨੰਬਰ ਤੁਹਾਡੀ 42 48 38 ਐਡੀ ਐਡੀਆਂ ਵੱਡੀਆਂ ਸੀ ਨਹੀਂ ਐਨਕਾਂ ਲਾ ਸਕਦੇ ਤੇਰਾ ਮੂੰਹ ਏਡਾ ਕਾਲਾ ਤੇ ਤੇਰਾ
ਦਿਲ ਕਿੱਡਾ ਕਾਲਾ ਹੁਣ ਐ ਪਰਤਾ ਲੈਣ ਕਦੀ ਉਧਰ ਪਰਤਾ ਦਿਓ ਕਦੀ ਉਧਰ ਪਰਤਾ ਦਿਓ ਚਿਲਕ ਮੈਂ ਤੇਰੀ ਮਾਂ ਦੀ ਪਲੇਟ ਧੁੱਖ ਲਿਆਂਦੀ ਐ ਆਹ ਰਫੜ ਤੇ ਮੁੱਕ ਲਵੇ ਪਹਿਲਾਂ ਉਹ ਟੁਰ ਜਾਏ ਡਰਾਮਾ ਪਾਕਿਸਤਾਨ 'ਚ ਲੱਗਾ ਗਨਮੈਨ ਸ਼੍ਰੀਲੰਕਾ 'ਚ ਰੱਖੇ ਤੇਰੀ ਮਿਹਰਬਾਨੀ ਹੈ ਟੁਰ ਜਾ ਕਿਤੇ ਟੁਰ ਜਾ ਤੁਸੀਂ ਕਿਤੇ ਟੁਰ ਜਾ ਵਾਪਸ ਹੀ ਟੁਰ ਜਾ ਨਹੀਂ ਮੁੜਦਾ ਤੇ ਬਤੌਨ ਹੱਥ ਚ ਫੜ ਕੇ ਆਉਂਦੀਆਂ ਨੇ ਸੋਚਣ ਵਾਲੀ ਗੱਲ ਏ ਕੋਈ ਗੱਲ ਕਰਨ ਖੈਰ ਮਦਲੇ ਨਹੀਂ ਤੇ ਆਪਣਾ ਤੁਸੀਂ ਪੜ੍ਹੇ ਲਿਖੇ ਹੋ ਨਹੀਂ ਮੈਂ ਪਿੰਡ ਦੀ ਰਹਿਣ ਵਾਲੀ ਮੈਂ ਕਿੱਥੋਂ ਪੜ੍ਹੀ ਲਿਖੀ ਪਿੰਡ ਦੀ ਹਾਂ ਪੜਿਆ ਕਰੋ ਛੱਟੀ ਆ ਛੱਟੀ ਹੈ ਛੱਟੀ ਛੱਟੀ ਹਾਂ ਆ ਗਈ ਅਸਲ ਆ ਗਈ ਤੂੰ ਕੋਮੇ ਜੇ ਇਹਨਾਂ ਗੱਲਾਂ ਦੇ ਤੇਰੀ ਬੁੱਢੀ ਨੇ ਤੈਨੂੰ ਬਾਹਰ ਕੱਢਿਆ ਇਹਦਾ ਵਿਆਹ ਹੋਇਆ ਸੁਹਾਗਰਾਤ ਵੀ ਬੁਲਾਈ ਆਪਣੀ ਬੁੱਢੀ ਨਾਲ ਦਾ ਡਰਾਮਾ ਸ਼ੁਰੂ ਹੋ ਗਿਆ ਓ ਗਿਆ ਅਗਲੇ ਦਿਨ ਹੀ ਤਲਾਕ ਲੈ ਲਈ ਬੰਦਾ ਮੈਨੂੰ ਕਿਹੜਾ ਦੇ ਦਿੱਤਾ ਨਹੀਂ ਤੇ ਕਿੰਨਾ ਪੜ੍ਹੇ ਹੋ ਮੈਂ ਡਬਲ ਹੀ ਕਰਨਾ ਚਾਹੀਦਾ ਪਹਿਲਾਂ ਤੇ ਇੰਜ ਹੋ ਜਾਂਦਾ ਜੇ ਉਹ ਯਾਰ ਪਿੱਛੇ ਹੋ ਕੇ ਬਹਿ ਜਾ ਚਲੋ ਬਹਿ ਜਾ ਤੁਰ ਜਾ ਕਿਤੇ ਤੁਰ ਜਾ ਕਿਸੇ ਊਟ ਟਾਂਗ ਔਰਤ ਦੇ ਆ ਬੱਚਿਆ ਉਹਨੂੰ ਆਦੀ ਕਿਸੇ ਹਫਸ਼ੀ ਦੀ ਲਾ ਦੇ ਉਹਦੇ ਕੋਲ 35 ਲੱਖ ਰੁਪਈਆ ਹੋਵੇ ਤੂੰ ਕਹਿੰਦਾ ਸ਼ਾਹਰੁਖ ਖਾਨ ਤੂੰ ਕਹਾਂ ਜਾ ਰਹੇ ਹੋ ਕੋਮਲ ਪੱਟ ਦੇ ਹਾਲੇ ਏਡੇ ਨਸੀਬ ਮਾੜੇ ਨਹੀਂ ਹੋਏ ਸਮਝ ਆਈ ਚੰਗਲ ਤੂੰ ਚੌਧਰਾਣੀ ਨੂੰ ਜੱਫੇ ਸਾਤ ਦੀ ਨੱਚਣ ਵਾਲੀ ਤੇ ਕੰਜਿਆਂ ਨੂੰ ਜੱਫੇ ਅਸੀਂ ਵੀ ਚੌਧਰੀਆਂ ਦੀ ਪੁੱਤਰਾ ਅਸੀਂ ਵੀ ਚੌਧਰੀਆਂ ਦੀ ਲੜੀ ਚੂਆ ਅਸੀਂ ਨਿਧਾ ਚੌਧਰੀ ਦੀ ਲੜੀ ਚੂਆ ਅਸੀਂ ਕੋਈ ਆਪ ਚੌਧਰੀ ਨੀ ਹੈਗੇ ਹੈ ਤੁਹਾਡੀ ਕਿੰਨੀ ਜ਼ਮੀਨ ਹੈ ਜਿਹੜਾ ਪਿੰਡੀ ਮੇਰੇ ਕੋਲ 500 ਰੁਪਇਆ ਲਿਆ ਸੀ ਉਹਦਾ ਕੀ ਕੀਤਾ ਸੀ ਹੋਣ ਲਾ ਉਹਨਾਂ ਨੂੰ ਕੀ ਪਤਾ ਕੀ ਨਹੀਂ
ਉਹ ਵਿਚਾਰੇ ਕਿਹੜਾ ਨਾਂ ਰਹਿੰਦੇ ਨੇ ਉਹਨਾਂ ਨੂੰ ਪਤਾ ਕੀ ਹਾਸੂ ਇਸ ਗੱਲ ਤੋਂ ਨੀ ਰਹੇ ਕਿ ਸੱਚੀ ਮੁੱਚੀ ਲਿਆ ਹੋਏਗਾ, ਹਾਸੂ ਇਸ ਗੱਲ ਤੋਂ ਰਹਿੰਦੇ ਕਿ ਇਹਨੇ ਲੈ ਲਿਆ ਹੋਣਾ ਏ। ਉਦੋਂ ਲਾਤ ਮਾਰੇ ਸਨ ਉਹ ਨੀ ਗੱਡੀ ਗੁੱਡੀ ਆ ਗਈ ਕੋਠੀ ਬੰਗਲਾ ਕਾਰ, ਮੈਨੂੰ ਪਤਾ ਮੈਨੂੰ ਪਤਾ ਤੇਰੀ ਫੁੱਫੀ ਦਾ ਪੁੱਤਰ ਵੀ ਆਇਆ ਏ, ਉਹਨੂੰ ਵੀ ਵਿਚਾਰ ਆਉਂਦੇ ਦੇ ਛੱਡ, ਗੱਡੀਆਂ ਕੋਠੀਆਂ ਕਾਰਾਂ ਵਾਲੇ ਚੁੱਪ ਕਰਕੇ ਬੈਠੇ ਨੇ, ਚਾਂਦ ਗਾੜੀ ਵਾਲੇ ਦੀ ਪਿੱਛੇ ਪਹਿਲ ਵੀ ਲੈਂਦੇ ਨੇ। ਪਰ ਮੇਰਾ ਦੋਸਤ ਕੋ ਤਾਂ ਆ ਜਾਂਦਾ ਤੁਹਾਡਾ ਕਰ ਲੈਂਦਾ ਇਲਾਜ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਚਿਤਰਾਣੀ ਜੀ ਤੁਹਾਨੂੰ ਨੀ ਪਤਾ ਇਹ ਬੜੇ ਪਿਆਰੇ ਨੇ, ਜਦੋਂ ਆਵੋ ਇਹਨਾਂ ਕੋਲੋਂ ਪਹਿਲਾਂ ਮਾਫੀ ਮੰਗੋ, ਫਿਰ ਕੱਢਾਂਗਾ ਤੇਰੀ ਭੈਣ ਪਹਿਲਾਂ ਮਾਫੀ ਮੰਗ ਲੈਂਦੇ। ਤੁਹਾਡਾ ਨਸਰੀਨ ਦਾ ਮੁੰਡਾ ਨਾ ਜਿਹੜੀ ਉਹਨੂੰ ਕਰਵਾਉਂਦੀ ਆ, ਹਾਂ ਤੂੰ ਵੀ ਪੈਦਾ ਨਹੀਂ ਹੋਇਆ ਨਸ ਹੋਏ, ਤੇਰੀ ਪੈਦਾਇਸ਼ ਕੋਈ ਤੈਅਸ਼ੁਦਾ ਨਹੀਂ। ਸਾਡੇ ਸੀਨੀਅਰ ਸਰਕਾਰ ਨੇ ਗੋਸ਼ੀ ਖਾਨ ਸਾਹਿਬ ਵਾਸਤੇ ਕਲੈਪ ਲਈ ਜਿਹੜੀ ਪਿਆਰੇ ਆਏ ਨੇ, ਐਵੇਂ ਛੁਹਾਰਾ 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 ਨਾ ਛੁਹਾਰਾ ਨਾ ਹੋ ਗਿਆ, ਤੁਹਾਡੇ ਪਿਓ ਦਾ ਸਾਲਾ ਹੋ ਗਿਆ ਯਾਰ, ਐਵੇਂ ਛੁਹਾਰਾ ਛੁਹਾਰਾ ਕੀ ਕਿੱਧਰ ਹੈ, ਐਵੇਂ ਛੁਹਾਰਾ ਛੁਹਾਰਾ ਕੀ, ਜਾ ਇਹਦੀ ਨਿੱਕੀ ਭੈਣ ਸੌਂਦੀ ਆ, ਜਾ ਓਕੇ ਜਾ ਕੰਮ ਕਰ। ਮਹਿੰਗੇ ਭਾਈ ਬੈਠੇ ਨੇ ਅਸੀਂ ਤਾਂ ਡਰਦੇ ਰਹਿੰਦੇ ਹਾਂ, ਔਰ ਵੇਖੋ ਦੋ ਢਾਈ ਸਾਲ ਦੀ ਟਿਕਟ ਲਈਏ ਤੇ ਕਹਿੰਦੇ ਆ ਰੀਜ਼ਨੇਬਲ ਗੱਲ ਕਰੋ, ਹੁਣੇ ਮਾਫੀ ਮੰਗੀ, ਪਤਾ ਕੀ ਹੈ ਭਰਾ ਲੱਭ ਦਿਓ ਵਿਟਾਮੀ ਭੈਣ ਨਾ ਦਿਓ। ਅੱਛਾ ਜੀ ਚਿਤਰਾਣੀ ਜੀ ਛੱਡ ਦੇ, ਤੈਨੂੰ ਨੀ ਪਤਾ ਮੈਨੂੰ ਸੁਣ ਮੇਰੀ ਗੱਲ ਸੁਣ, ਕੋਈ ਸਿਆਣਾ ਪਿਆਣਾ ਬੋਲੇ ਉਹ 33 ਸਾਲ ਕੰਮ ਕਰਦੇ ਹੋਏ ਨੇ, ਕਈ ਵਿੱਚੋਂ ਪਤਰੀਏ ਨੇ, ਹੁਣ ਤਾਂ ਸਾਰੇ ਭਰਾ ਹੀ ਬੈਠੇ ਬੜੇ, ਹਾਂ ਤੁਹਾਡੇ ਘਰ ਵੀ ਨਿੱਕੀ ਸੀ ਵਿੱਚੋਂ ਤੇਰੀ ਨਿੱਕਾ ਭਰਾ ਮਖਾਣਾ ਹੋਇਆ ਸੀ, ਹਾਂ ਬਾਕੀ ਖਤਮ ਹੋਣ ਵਾਲਾ, ਤੇਰੇ ਘਰ ਚਾਰ ਬੰਦ ਬੜੇ ਨਿਕਲ ਗਿਆ ਆਪਣਾ, ਉੱਥੇ ਹਲਕਾ ਜਿਹਾ ਜ਼ਮਾਨਾ ਟੋਪਾ ਕਾਤਲ ਹੋ ਰਿਹਾ। ਸ਼ਾਨਦਾਰ ਦਰਵਾਜ਼ਾ ਹੈ, ਮੈਂ ਇੰਜ ਕਰਕੇ ਪੈਰ ਪਾਇਆ ਤੇ ਮੈਂ ਤਿਲਕ ਗਿਆ, ਉਹ ਕਿਉਂ ਪਤਾ ਨੀ, ਰਾਹ ਬੂਹੇ ਦੇ ਪਿੱਛੇ ਨਲਕਾ ਲੱਗਾ ਸੀ, ਦਰਵਾਜ਼ਾ ਬੜਾ ਸੋਹਣਾ ਸੀ, ਬੇਲੀ ਦਾ ਦਰਵਾਜ਼ਾ ਬੰਦ ਰੱਖਿਆ ਕਰੋ, ਕਿਉਂ ਸੌ ਐਰਾ ਗੈਰਾ ਬੜਿਆ ਹੋਵੇ ਤੇ ਲੋਕੀ ਗੱਲਾਂ ਕਰਦੇ ਨੇ। ਨਹੀਂ ਨਹੀਂ ਸਾਡੀ ਹਵੇਲੀ ਦਾ ਦਰਵਾਜ਼ਾ ਹਰ ਵਕਤ ਖੁੱਲਿਆ ਰਹਿੰਦਾ, ਕੋਈ ਵੀ ਆ ਸਕਦਾ, ਜ਼ਾਹਿਰ ਨੌਕਰ ਚਾਕਰ ਰੱਖੇ ਨੇ, ਕਦੇ ਵੀ ਕੰਮ ਸ਼ੰਪ ਕਰਨ ਵਾਸਤੇ ਆ ਸਕਦੇ ਨੇ। ਇਹ ਰਾਤ ਨੂੰ ਵੀ ਖੁੱਲਾ ਰੱਖਦੇ ਹੋ, ਰਾਤ ਨੂੰ ਤੇ ਇਸ ਤਰ੍ਹਾਂ ਬਿਜ਼ਨਸ ਹੋ ਜਾਂਦਾ ਨਾ ਦਰਵਾਜ਼ੇ ਦਾ। ਨਹੀਂ ਰਾਤ ਨੂੰ ਤੇ ਤਾਲੇ ਪਾਉਂਦੇ ਨਹੀਂ, ਲਾਇਆ ਭਰਾ ਆਂਦਾ ਰਾਤ ਨੂੰ ਤੇ ਖੁੱਲਦਾ ਹੀ, ਰਾਤ ਨੂੰ ਦਾ ਚਿਟਕਣੀ ਲਾਇਆ ਕਰੋ, ਚਿਟਕਣੀ ਉੱਤਰ ਰਵਾਜ਼ ਹੀ ਲਿਆ ਚਿਟਕਣੀ, ਹਾਂ ਹੁਣ ਡੋਰ ਦੇ ਇੱਕੋ ਹੀ ਲੌਕ ਲਾਈਦਾ ਕੜਾਚ ਕੜਾਚ,
ਚਾਬੀ ਵੀ ਨਾ ਲਾਓ। ਤੁਸੀਂ ਕਿੱਧਰ ਆਏ ਹੋ? ਐ ਜੀ ਅਸੀਂ ਤੁਹਾਨੂੰ ਪਤਾ ਅਸੀਂ ਇੱਥੇ ਆਏ ਹਾਂ ਪਿੰਡ ਦੇ ਆਪਣਾ ਅਸੀਂ ਕੰਮ ਹੀ ਹੋਏ ਤੇ ਜਦੁਰਾਣੀ ਜੀ ਮੈਂ ਕਿਹਾ ਜੀ ਤੁਹਾਨੂੰ ਜਾ ਕੇ ਨਾਲੇ ਸਲਾਮ ਕਹੀਏ ਨਾਲੇ ਪਿੰਡ ਦਾ ਕੋਈ ਹਾਲ ਚਾਲ ਪੁੱਛੀਏ ਨਾਲੇ ਸਾਡੇ ਯਾਰ ਦਾ ਇੱਥੇ ਭਰਾ ਆ ਪੱਤੂ। ਅੱਛਾ ਹਾਂ ਤੇ ਕਮਾਲਾ ਸਾਡੇ ਨਾਲ ਹੈ। ਤੁਸੀਂ ਤੇ ਜਰਾ ਚੱਲ ਪੱਤੂ ਨੂੰ ਮਿਲ ਕੇ ਆ ਮਿਲਣ ਆਏ ਜੀ। ਆਹਾ ਜਦੁਰਾਣੀ ਆ ਤੁਸੀਂ ਜਦੁਰਾਣੀ ਨਹੀਂ ਕੋਈ ਆ ਇਹ ਜਦੁਰਾਣੀ ਨੇ ਲੇਕਿਨ ਐ ਇਹਨਾਂ ਦੀ ਓਏ ਓਏ ਕੀ ਤੈਨੂੰ ਭੱਲੇ ਖਵਾਤੇ ਨੇ।